परमात्मा दा बेहद, डॉक्टर का भी बहुत ज़्यादा धन्यवाद जिन्हें के मेरे थे, जो भी है वैसे परमात्मा ही हाँ, मैंने भी जिन्हें भी एडी तकलीफ परमात्मा तो अगर डॉक्टर दी पर देखा उन्होंने तो इन्हें परमात्मा ने हूँ तो ये देखा है सियानप तो खुद ही दिती है, परमात्मा ही वो डॉक्टर उन्होंने बन गया। दिमाग दिता एडी वड्डी, उन्होंने कार्ड कढ़ी साढ़े वर्गिया झोली च खैर पै गया। मैं इस तरह चादर बिछा रही बिस्तरे से, इंज टी वी लगा सामने तो फर्स्ट पेज दियाँ आन डियां हैं न्यूज, तो मेरा ध्यान पै गया। मैं फिर वेख मैं है ये बड़ी उम्र दे कह रहे हैं, बहुत ज़्यादा उम्र का कह रहे। फिर मैं बस मेरे दिमाग च भी आया कि सानू भी कोशिश वेखना चाहिए भी शायद जी ये इन्नी उम्र च होया बच्चे विखाए उन्होंने, बच्चे किसी के दो बच्चे है कि एक बच्चा इस तरह। अब काफ़ी एज लोग से क्यों अगे हैगा तो है छोटी उम्र के लोगों का, जिस तरह 35 40 50। ਤੁਹਾਡੀ ਕਿੰਨੀ ਏਜ ਹੈ? ਮੇਰੀ ਤਾਂ ਇਸ ਵੇਲੇ ਹੁਣ 72 ਸਾਲ ਹੈ। ਹਾਂਜੀ ਹੁਣ ਪਾਲਣ ਪੋਸ਼ਣ ਦਾ ਉਹ ਉਹ ਕਿਵੇਂ ਵੀ ਉਹ ਵੀ ਵਾਹਿਗੁਰੂ ਕਰੂਗਾ, ਅੱਗੇ ਦੇਖੋ ਕਰਾਂਗੇ ਵਾਹਿਗੁਰੂ ਨੇ ਜਿਵੇਂ ਕੀਤਾ ਵਾ, ਸਾਡੇ ਮੈਂ ਸਾਡੀ ਕੀ ਪਹੁੰਚ ਕੀਤਾ ਉਹਦੇ ਹਿਸਾਬ ਨਾਲ ਕਰਾਂਗੇ ਸਭ ਉਹ ਕੁਝ। ਮੈਂ ਨਹੀਂ ਹਾਂ ਵੀ ਜਿਸ ਤਰ੍ਹਾਂ ਪਰਮਾਤਮਾ ਕਰਾਊਗਾ ਆਪਣੀ ਆਪਣੀ ਤਾਂ ਕੋਸ਼ਿਸ਼ ਬੰਦਾ ਵੱਧ ਤੋਂ ਵੱਧ ਕਰਦਾ, ਬਾਕੀ ਰਿਸ਼ਤੇਦਾਰ ਕੇ ਮਿਲੇ ਉਹ ਕੀ ਸੋਚਦੇ ਉਹ ਕੀ ਉਹ ਕਹਿੰਦੇ? ਵੀ ਚੰਗਾ ਹੀ ਸੋਚਦੇ ਹੋਣਗੇ, ਬੜੇ ਖੁਸ਼ ਨੇ ਰਿਸ਼ਤੇਦਾਰ ਜਿਹੜੇ ਬੜੇ ਨੇ ਖੁਸ਼ ਆ, ਹੈਰਾਨ ਹੋਏ ਤੇ ਇੱਕ ਖੁਸ਼। ਦੂਸਰੇ ਨੂੰ ਘਰ ਦੇ ਅੱਗੇ ਹੁਣੇ ਹੀ ਫੋਨ ਆਇਆ ਸੀ ਕਨੇਡਾ ਤੋਂ, ਮੇਰੇ ਭੈਣ ਨਣ ਦਾ ਬੇਟਾ ਰਹਿੰਦਾ, ਉਹ ਦੂਸਰਾ ਚਾਚੇ ਦਾ ਬੇਟਾ ਰਹਿੰਦਾ ਉਹ ਸਾਡੀ ਭੂਆ ਜੀ ਦੇ ਬੇਟੇ ਦੇ, ਤੂੰ ਕਹਿੰਦਾ ਮੈਨੂੰ ਹੁਣੇ ਫੋਟੋ ਜੋਗੀ ਨੇ ਭੇਜੀ ਆ, ਕਹਿੰਦਾ ਕੀ ਵੀਰ ਜੀ ਠੀਕ ਆ, ਕਹਿੰਦਾ ਹਾਂ ਮੈਂ ਕਿਹਾ ਠੀਕ ਆ, ਤਾਈ ਜੀ ਤਾਂ ਬਹੁਤ ਉਮਰ ਦੇ ਆ, ਕਹਿੰਦਾ ਨਹੀਂ ਠੀਕ ਆ, ਹੁਣ ਫੋਟੋ ਕੱਟ ਕੇ ਅਖਬਾਰ ਚੋਂ ਅਤੇ ਮੈਨੂੰ ਉਹਨੇ ਭੇਜੀ ਹੈ। ਬਹੁਤ ਵਧੀਆ ਮਹਿਸੂਸ ਕਰਦੇ, ਬੜੇ ਖੁਸ਼ ਹਾਂ, ਬੜੀ ਮਹਾਰਾਜ ਦੀ ਕਿਰਪਾ ਉਹਨੇ ਸਾਡੇ 'ਤੇ ਕੀਤੀ ਆ, ਜਿਹੜਾ ਸਾਨੂੰ ਲਾਲ ਬਖਸ਼ ਦਿੱਤਾ ਗਿੱਲ ਵਾਲੀ ਤਰਨ ਤਾਰਨ ਰੋਡ 'ਤੇ, ਪਹਿਲਾਂ ਪਿੰਡ ਦਾ ਅੰਮ੍ਰਿਤਸਰੋਂ ਨਿਕਲਿਆ। ਤੁਸੀਂ ਕਿੰਨੇ ਭੈਣ ਭਰਾ ਹੋ? ਤੁਸੀਂ ਪੰਜ ਪੰਜ ਭੈਣ ਭੈਣਾਂ ਸੀਗੀਆਂ, ਤਿੰਨ ਤੋਂ ਦੋ ਭਰਾ ਸੀ, ਭੈਣਾਂ ਸਾਰਿਆਂ ਦੀ ਡੈਥ ਹੋ ਚੁੱਕੀ ਹੈ, ਭਰਾ ਹੈਗਾ ਮੇਰਾ। ਅੱਛਾ, ਉਹ ਵੀ ਇੱਥੇ? ਉਹ ਛੋਟਾ ਨਹੀਂ ਸੀ, ਉਹ ਆਪਣੇ ਰਾਜਸਥਾਨੀ ਦਾ ਪਿੰਡ ਦੇ ਵਿੱਚ ਪਤਾ ਲੱਗ ਗਿਆ ਸਾਰੇ ਲੱਗ ਗਿਆ ਪੂਰੀ ਦੁਨੀਆ ਨੂੰ ਲੱਗ ਗਿਆ ਤੇ ਫੋਨ ਕੀ ਜਿਹੜੇ ਕੋ ਸਾਡੇ ਜਿਹੜੇ ਕੋ ਮੇਰੇ ਤੋਂ ਜੀਆਂ ਦੇ ਫੋਨ ਆ ਰਹੇ ਹਾਂ, ਬਹੁਤ ਫੋਨ ਆਏ ਸਾਨੂੰ ਬਹੁਤ ਜ਼ਿਆਦਾ, ਜਿਨ੍ਹਾਂ ਨੂੰ ਸਾਡਾ ਹੈ ਵੀ ਨਹੀਂ ਉਹਨਾਂ ਦੇ ਵੀ ਆ ਰਹੇ। ਅੱਛਾ, ਉਹ ਵੀ ਬੜੇ ਆ। ਸਵੇਰੇ ਫੋਨ ਆਏ ਚੰਡੀਗੜ੍ਹ ਤੋਂ, ਮੁੰਡਾ ਜਾਣ ਨੂੰ ਸੀ ਬੜਾ, ਉਹ ਕਹਿੰਦਾ ਮੈਨੂੰ ਪਤਾ ਲੱਗਾ ਮੈਂ ਫੋਨ ਕਰਾਂ, ਮੈਂ ਬੜੀ ਮਿਹਰਬਾਨੀ ਤੇਰੀ ਵੀ ਫੋਨ ਕੀਤਾ ਤੁਹਾਨੂੰ।